ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋ ਸੀ ਵੀ ਸੱਚ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ। ਰਾਮ ਨ ਪਾਇਆ ਜਾਏ, ਰਾਮ ਨ ਪਾਇਆ ਜਾਏ, ਰਾਮ ਨ ਪਾਇਆ ਜਾਏ, ਰਾਮ ਨ ਪਾਇਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ, ਰਾਮ ਨ ਪਾਇਆ ਜਾਏ, ਰਾਮ ਨ ਪਾਇਆ ਜਾਏ, ਰਾਮ ਨ ਪਾਇਆ ਜਾਏ, ਰਾਮ ਨ ਪਾਇਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ।
ਸਾਦੀ ਰਾਮ ਮਨ ਵਸੇ ਤਾਂ ਫਲ ਪਾਵੈ ਸੋਏ। ਰਾਮ ਰਾਮ ਸਾਰੀ ਦੁਨੀਆ ਜਪ ਰਹੀ ਹੈ, ਸਾਰਾ ਜਗਤ ਜਪ ਰਿਹਾ ਹੈ, ਬਲਕਿ ਵੇਸਵਾ ਵੀ ਜਦੋਂ ਨਾਚ ਕਰਕੇ ਤੇ ਗੁਰ ਆਉਂਦਾ ਨਾ ਉੱਥੇ ਹਾਏ ਰਾਮ ਕਰਦੀ ਹੈ। ਪਰ ਵੇਸਵਾ ਦਾ ਰਾਮ ਜਪਣਾ, ਜਗਤ ਦਾ ਰਾਮ ਜਪਣਾ ਤੇ ਮਹਾਂਪੁਰਸ਼ਾਂ ਦਾ ਮਨ ਕਰਕੇ ਰਾਮ ਜਪਣਾ, ਇਹਦੇ ਵਿੱਚ ਬਹੁਤ ਅੰਤਰ ਹੈ, ਫਰਕ ਹੈ। ਬ੍ਰਹਮ ਗਿਆਨੀ ਗੁਰਮੁਖ ਜਨ ਮਹਾਂਪੁਰਖ ਜਦੋਂ ਇੱਕ ਵੇਰਾ ਮੁਖ ਤੋਂ ਰਾਮ ਕਹਿੰਦੇ ਹਨ ਤਾਂ 7 ਕਰੋੜ ਰੋਮ ਵਿੱਚੋਂ ਆਵਾਜ਼ ਆਉਂਦੀ ਹੈ, ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਮਨ ਹੋਰ ਹੈ, ਮੁਖ ਹੋਰ ਹੈ, ਆਪਣੀ ਪ੍ਰਤਿਸ਼ਠਾ ਵਧਾਉਣ ਲਈ ਅਸੀਂ ਹਰ ਵੇਲੇ ਰਾਮ ਰਾਮ ਵਾਹਿਗੁਰੂ ਅੱਲਾ ਜਪੀ ਜਾ ਰਹੇ ਹਾਂ। ਬਈ ਕੋਈ ਬੰਦਾ ਇਹ ਨਾ ਕਵੇ ਬਈ ਇਹ ਨਾਸਤਕ ਹੈ, ਹਰ ਇੱਕ ਬੰਦਾ ਅਦਬ ਨਾਲ ਕਵੇ ਬਈ ਇਹ ਬੜਾ ਭਗਤ ਹੈ, ਬੜਾ ਗੁਰਮੁਖ ਹੈ, ਬੜਾ ਰੱਬ ਦਾ ਬੰਦਾ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਆਪਣੇ ਆਤਮਾ ਦੀ ਖੁਰਾਕ ਬਣਾ ਲਿਆ, ਰਾਮ ਤਾਂ ਜਪਿਆ ਹੋਇਆ ਉਹਨਾਂ ਦਾ ਸਫਲ ਹੈ। ਰਾਮ ਉਹੀ ਜਪ ਰਿਹਾ ਜੋ ਮਨ ਕਰਕੇ ਜਪ ਰਿਹਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਜਿਹੜਾ ਦਿਲੋਂ ਮੁਹੱਬਤ ਕਰਕੇ ਉਸ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਇਆ, ਆਖਿਆ ਉਹਦਾ ਰਾਮ ਜਪਿਆ, ਇੱਕ ਵੇਰਾ ਰਾਮ ਜਪਿਆ ਹੋਇਆ ਅਨੇਕ ਕੁਲਾਂ ਦਾ ਉਧਾਰ ਕਰ ਜਾਏਗਾ। ਰਾਮ ਰਾਮ ਤਾਂ ਸਾਰਾ ਜਗਤ ਕਰ ਰਿਹਾ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਪਾਇਆ ਜਾਏ, ਰਾਮ ਨਾ ਪਾਇਆ ਜਾਏ।
ਤਿਸ਼ੈ ਬੈਕੁੰਠ ਨਾ ਜਾਣਾ। ਮਨ ਵਿੱਚ ਮੈਲ ਹੈ, ਠੱਗੀ ਹੈ, ਬੇਈਮਾਨੀ ਹੈ ਤੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ, ਪਾਠ ਕਰਦਾ ਫਿਰਦਾ, ਦਾਨ ਕਰਦਾ ਫਿਰਦਾ। ਹਜ਼ੂਰ ਕਹਿੰਦੇ ਨੇ ਕਦੇ ਅੱਧਾ ਦਾਣਾ ਬੀਜ ਦਾ ਕਦੇ ਨਹੀਂ ਉੱਗਦਾ। ਜੇ ਸਾਬਤ ਦਾਣਾ ਹੋਵੇਗਾ, ਧਰਤੀ ਨੂੰ ਵੱਤਰ ਵਿੱਚ ਲਿਆ ਕੇ ਬੀਜ ਬੋਵੇਗਾ ਤਾਂ ਫਿਰ ਪ੍ਰਫੁੱਲਤ ਹੋਵੇਗਾ। ਔਰ ਬੀਜ ਦੇ ਦਾਣੇ ਨੂੰ ਦੋ ਫਾੜ ਕਰ ਦਈਏ ਤਾਂ ਕਿੱਥੇ ਉੱਗੇਗਾ।
ਤੇਰੇ ਅੰਤਰ ਮੈਲ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸਦੇ ਹਨ ਜਿਸ ਹਿਰਦੇ ਵਿੱਚ, ਉੱਥੇ ਰਾਮ ਦਾ ਨਿਵਾਸ ਕਿਵੇਂ ਹੋਵੇਗਾ? ਇਸ ਲਈ ਅੰਤਰ ਮੈਲ ਜੇ ਤੀਰਥ ਨਾਵੈ ਤਿਸੈ ਬੈਕੁੰਠ ਨਹੀਂ ਜਾਣਾ। ਸਾਧੂ ਨਾਮ ਕੋਈ ਵਸਤਰਾਂ ਦਾ ਨਹੀਂ ਹੈ, ਕੋਈ ਗੇਰਵੇ ਕੱਪੜੇ ਪਾ ਕੇ ਸਾਧੂ ਨਹੀਂ ਬਣ ਜਾਂਦਾ। ਸਾਧੂਆਂ ਵਾਲੇ ਗੁਣ ਹਿਰਦੇ ਵਿੱਚ ਹੋਵਣ। ਭਗਤ ਨਾਮਦੇਵ ਜੀ ਵਸਤਰ ਧੋ ਰਹੇ ਸਨ ਤੇ ਥੋੜ੍ਹੀ ਦੂਰ 'ਤੇ ਹੀ ਇੱਕ ਪਖੰਡੀ ਸਾਧੂ ਬੈਠਾ ਹੈ, ਅੱਖਾਂ ਮੀਚ ਕੇ ਸਮਾਧੀ ਲਾ ਕੇ, ਬਗਲ ਸਮਾਧੀ ਲਾ ਕੇ ਜੁੜਿਆ ਬੈਠਾ। ਇਉਂ ਜਾਪਦਾ ਜਿਵੇਂ ਪਰਮੇਸ਼ਰ ਨਾਲ ਇੱਕ ਮਿਕ ਹੋਇਆ ਪਿਆ, ਪਰ ਅੰਦਰੋਂ ਤਾੜ ਲਾਈ ਹੈ ਬਈ ਕੋਈ ਫਸ ਜਾਵੇ। ਇੱਕ ਸ਼ਾਹੂਕਾਰ ਇਸ਼ਨਾਨ ਕਰਨ ਲਈ ਆਇਆ ਨਦੀ ਦੇ ਕਿਨਾਰੇ, ਉਸਨੇ ਵਸਤਰ ਲਹਾ ਕੇ ਰੱਖੇ, ਕੁਝ ਮਾਇਆ ਸੀ ਉਹਦੇ ਇੱਕ ਥੈਲੀ ਵਿੱਚ ਉਹ ਵੀ ਰੱਖ ਦਿੱਤੀ, ਤੇ ਜਿਉਂ ਇਸ਼ਨਾਨ ਕਰਕੇ ਬਾਹਰ ਨਿਕਲਿਆ, ਵਸਤਰ ਪਹਿਰਨ ਲੱਗਾ ਤਾਂ ਮਾਇਆ ਵਾਲੀ ਥੈਲੀ ਨਜ਼ਰ ਨਹੀਂ ਪਈ, ਤੇ ਮਨ ਵਿੱਚ ਸੋਚਿਆ ਬਈ ਇਸ ਸਾਧੂ ਨੇ ਕੀ ਚੁੱਕਣੀ ਹੈ? ਆਹ ਜਿਹੜਾ ਕੱਪੜੇ ਧੋ ਰਿਹਾ ਨਾ ਸ਼ੀਂਬਾ, ਇਹ ਇਸੇ ਨੇ ਹੀ ਚੁੱਕੀ ਹੋਵੇਗੀ। ਇਹ ਗਰੀਬ ਆਦਮੀ ਦਾ ਕੰਮ ਹੈ, ਇਹ ਤਾਂ ਸਾਧੂ ਹੈ, ਭਗਵਾਨ ਦਾ ਪਿਆਰਾ ਹੈ, ਇਹ ਕਿਵੇਂ ਚੁੱਕ ਸਕਦਾ? ਤਾਂ ਭਗਤ ਨਾਮਦੇਵ ਜੀ ਨੂੰ ਫੜ ਲਿਆ ਉਸ ਸ਼ਾਹੂਕਾਰ ਨੇ, ਕਿਉਂ ਇਹ ਕਿੱਥੇ ਹੈ ਮੇਰੀ ਥੈਲੀ ਜਿਹੜੀ ਤੂੰ ਕੱਢੀ ਹੈ? ਮੇਰੀ ਮਾਇਆ ਵਾਪਸ ਕਰਨੀ ਤਾਂ ਮੈਂ ਹੁਣੇ ਕੁਟਵਾਲੀ ਵਿੱਚ ਜਾ ਕੇ ਤੈਨੂੰ ਅੰਦਰ ਕਰਾਉਣਾ। ਬੜਾ ਝਿੜਕਿਆ ਦਬਕਾਇਆ ਭਗਤ ਨਾਮਦੇਵ ਜੀ, ਰੱਬ ਦੇ ਰੰਗ ਵਿੱਚ ਮਸਤ ਹੋਏ ਹੋਏ, ਪਰਮੇਸ਼ਰ ਦੇ ਰੰਗ ਨੂੰ ਵੇਖਦੇ ਹੋਏ ਮੁਸਕਰਾ ਰਹੇ ਸਨ ਕਿ ਹੇ ਨਿਰੰਕਾਰ ਤੇਰੀ ਕੈਸੀ ਲੀਲਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ ਵਾਹਿਗੁਰੂ। ਆ ਮੈਨੂੰ ਗਰੀਬ ਸਮਝ ਕੇ, ਢੇਡ ਸਮਝ ਕੇ ਇਸਨੇ ਇੰਜ ਫੜ ਲਿਆ ਜਿਵੇਂ ਮੈਂ ਹੀ ਚੁੱਕੀ ਹੋਵੇ, ਤੇ ਹੁਣ ਤੂੰ ਆਪਣੀ ਕਲਾ ਵਰਤਾ, ਤੂੰ ਕੋਈ ਕਿਰਪਾ ਕਰ ਆਪਣੇ, ਕਿਉਂਕਿ ਮੰਦੇ ਚੰਗੇ ਅਸੀਂ ਤੇਰੇ ਹਾਂ ਤੇ ਤੂੰ ਸਾਡੀ ਲਾਜ ਰੱਖਣੀ ਹੈ। ਬੜੇ ਲੋਕ ਇਕੱਠੇ ਹੋ ਗਏ, ਸੇਠ ਕਹਿਣ ਲੱਗਾ ਇਸੇ ਨੇ ਹੀ ਚੁੱਕੀ ਹੈ, ਕਿਸੇ ਹੋਰ ਨੇ ਨਹੀਂ ਚੁੱਕੀ, ਇਹ ਕੱਪੜੇ ਧੋ ਰਿਹਾ ਸੀ। ਤੇ ਨਿਰੰਕਾਰ ਦੀ ਨੇਤ ਐਸੀ ਹੋਈ ਕਿ ਜਿਹੜਾ ਬਗਲ ਸਮਾਧ ਲਗਾ ਕੇ ਪਖੰਡੀ ਸਾਧੂ ਬੈਠਾ ਹੋਇਆ ਸੀ ਨਾ, ਇੱਕ ਐਸੀ ਹਵਾ ਦਾ ਝੋਲਾ ਆਇਆ ਕਿ ਜਿਹੜੀ ਚਾਦਰ ਉਸਨੇ ਵਿਛਾਈ ਹੋਈ ਸੀ ਉਹ ਚਾਦਰ ਜਿਹੜੀ ਹੈ ਉਹ ਉਸਦੇ ਉੱਪਰ ਜਾ ਪਈ ਉੱਡ ਕੇ, ਤੇ ਥੱਲਿਓਂ ਥੈਲੀ ਨਜ਼ਰ ਆ ਗਈ ਬਈ ਉਹ ਪਈ ਹੈ। ਉਚਾਰਨ ਕਰੋ ਸ੍ਰੀ ਤੋ। ਐਸਾ ਰਾਮ ਜਪਿਆ ਹੋਇਆ ਤੇਰਾ ਕਿਸ ਕੰਮ ਹੈ ਬਈ? ਜੇ ਤੂੰ ਮਾਲਾ ਦੇ ਮਣਕੇ ਤੇ ਮਣਕਾ ਮਾਰੀ ਆਉਣਾ ਮਾਲਾ ਫੇਰੇ ਤਾਂ ਮਨ ਖੁਸ਼ੀ, ਮਾਲਾ ਤਾਂ ਇਸ ਵਾਸਤੇ ਫੇਰਨੀ ਸੀ ਕਿ ਮਨ ਦਾ ਫੇਰ ਫਿਰ ਜਾਵੇ, ਮਨ ਸੰਸਾਰ ਵੱਲੋਂ ਟੁੱਟ ਕੇ ਨਿਰੰਕਾਰ ਦੇ ਚਰਨਾਂ ਨਾਲ ਜੁੜ ਜਾਵੇ। ਤੇ ਜੇ ਮਾਲਾ ਫੇਰ ਕੇ ਤੂੰ ਲੋਕਾਂ ਨਾਲ ਠੱਗੀਆਂ ਕਰਨੀਆਂ ਹਨ, ਝੂਠ ਬੋਲਨੇ ਹਨ, ਤਾਂ ਫਿਰ ਇਸ ਮਾਲਾ ਫੇਰਨ ਦਾ ਕਿਸ ਕੰਮ ਹੈ? ਮਾਥੇ ਤਿਲਕ ਹੱਥ ਮਾਲਾ ਬਾਨਾ,
ਮੱਥੇ ਤੇ ਤਿਲਕ ਲਾਣ ਦੇ ਨਾਲ ਔਰ ਹੱਥ ਵਿੱਚ ਮਾਲਾ ਰੱਖਣ ਦੇ ਨਾਲ ਤੂੰ ਕੋਈ ਸੱਚਾ ਭਗਤ ਤਾਂ ਨਹੀਂ ਬਣ ਜਾਵੇਗਾ। ਹਜ਼ੂਰ ਦੀ ਬਾਣੀ ਕਹਿ ਰਹੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਹਨ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਂਦਾ, ਰਾਮ ਨੂੰ ਖਿਲਾਉਣਾ ਹੀ ਸਮਝ ਲਿਆ। ਬਈ ਪਹਿਰਾਵਾ ਪਹਿਨਿਆ ਭਗਤਾਂ ਵਾਲਾ ਤੇ ਭਗਤ ਬਣ ਗਏ, ਸਾਧੂ ਬਣ ਗਏ ਨਹੀਂ, ਸਾਧੂਆਂ ਵਾਲੇ ਗੁਣ ਹੋਣਗੇ। ਤਾਂ ਤੇਰਾ ਇੱਕ ਵੇਰਾ ਵਾਹਿਗੁਰੂ ਆਖਿਆ ਹੋਇਆ, ਇੱਕ ਵੇਰਾ ਰਾਮ ਆਖਿਆ ਹੋਇਆ, ਇੱਕ ਵਾਰੀ ਅੱਲਾ ਆਖਿਆ ਹੋਇਆ, ਉਹਦੇ ਦਰਬਾਰ ਵਿੱਚ ਆਵਾਜ਼ ਪਹੁੰਚੇਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਰਾਮ ਕਰਤਾ ਸਭ ਜਗ ਫਿਰੇ।
सब घट अंदरे आपे ही बाहर आपे गुप्त वर्तदा आपे ही जाहर जुग शति गुबार कर वस्या गुर शति गुबार कर वर्त्या सुना हर ओथे वेद पुराण ना शासता आपे ही नर हर बैठा ताड़ी लाए आप सब दूही बाहर अपनी मित आप जानदा नावै तिसे बैकुंठ ना जाना लोग पतीने कशु ना होवे नाही राम इयाना पूजो राम एक ही देवा साचा नामन गुर की सेवा पूजो राम एक ही देवा साचा नामन गुर की सेवा जल के मज्जन जे गत होवे नित नित मेंढक नावे जैसे मेंढक तैसे एहु नर जैसे मेंढक तैसे ओए नर फिर फिर जूनी आवे मनो कठोर मरे बनारस नरक ना बाशा जाई हर का संत मरे हड़म्बे ता सगली सैन तराई राम राम करता सब जग फिरे राम ना पाया जाए राम राम करता सब जग फिरे राम ना पाया जाए कबीर जी गुरु की बाणी विच बख्शिश कर रहे हन भाई जे तीर्थ ते नातियां कल्याण हो जांदी तां आ डड्डू मछियां हर वेले पानी विच इशनान कर रहे हन ओ क्यों ना कल्याण हो गए जल के मज्जन जे गत होवे ते नित नित मेंढक नावे जैसे मेंढक तैसे ओए नर जिन्हां ने तीर्थ ते इशनान करके मन करके उस परमेश्वर दा सिमरन नहीं कीता नाम नहीं जपया आ तीर्थ यात्रा ते जाके भी कई वेरा मनुख व्यापार ही कर रहा हुंदा है होर कुछ ऐश परस्ती विच पै जांदा है जेड़े कर्म लई आउंदा है कि मन दी मैल लथेगी महाराज गुरु ग्रंथ साहिब कहिंदे हन कि ओ मैल लथी नहीं मैल सगों चढ़ गई
ਕਿਉਂਕਿ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਉ ਲੱਥੀ ਨਾਤਿਆਂ ਦੋ ਪਾ ਚੜੀਏ ਹੋਰ। ਗਏ ਤਾਂ ਸੀ ਮਨ ਦੀ ਮੈਲ ਲਹਾਉਣ ਲਈ, ਤੇ ਉੱਥੇ ਜਾ ਕੇ ਫਜ਼ੂਲ ਕੰਮਾਂ ਵਿੱਚ ਪੈ ਕੇ ਇੱਧਰ ਉੱਧਰ ਮੰਦੇ ਚੰਗੇ ਪਦਾਰਥ ਛੱਕ ਕੇ, ਤੇ ਮਨੁੱਖ ਸਗੋਂ ਪਾਪਾਂ ਦੀ ਪੰਡ ਦੂਰੀ ਕਰ ਲੈਂਦਾ ਹੈ। ਉਚਾਰਨ ਕਰੋ ਸ਼੍ਰੀ ਵਾਹਿਗੁਰੂ। ਤੀਰਥ ਤੇ ਨਾਵਣਾ ਤਾਂ ਉਹਨਾਂ ਦਾ ਚੰਗਾ ਜਿਸ ਨੇ ਪਹਿਲਾਂ ਸਰੀਰ ਦੀ ਸ਼ੁੱਧੀ ਕੀਤੀ ਹੈ, ਫਿਰ ਚੌਕੜਾ ਮਾਰ ਕੇ ਹੱਥ ਜੋੜ ਕੇ ਇਕਾਗਰ ਚਿੱਤ ਹੋ ਕੇ ਉਸਦਾ ਨਾਮ ਜਪੇ, ਉਸਦਾ ਸਿਮਰਨ ਕਰੇ, ਫਿਰ ਤਾਂ ਭਾਈ ਸਵਾਦ ਆ ਗਿਆ ਨਾ ਨਾਮ ਜਪਣ ਦਾ। ਕਬੀਰ ਜੀ ਨੂੰ ਕਿਸੇ ਨੇ ਦੱਸਿਆ ਭਾਈ ਜੋ ਹੜੰਬਾ ਧਰਤੀ ਹੈ ਨਾ, ਉੱਥੇ ਜਿਹੜਾ ਵੀ ਕੋਈ ਮਨੁੱਖ ਮਰਦਾ ਉਹ ਖੋਤੇ ਦੀ ਜੂਨੀ ਵਿੱਚ ਪੈਂਦਾ। ਇਸ ਧਰਤੀ ਨੂੰ ਮਗਹਰ ਵੀ ਕਹਿੰਦੇ ਹਨ। ਤੇ ਕਬੀਰ ਜੀ ਕਹਿੰਦੇ ਹਨ ਕਿ ਮੈਂ ਤਾਂ ਹੁਣ ਰਹਿਣਾ ਹੀ ਉੱਥੇ ਹੈ, ਕਿਉਂਕਿ ਜੇ ਮਨੋ ਕਠੋਰ ਮਰੇ ਬਨਾਰਸ, ਮਨ ਦਾ ਕਠੋਰ ਹੈ, ਦਇਆ ਨਹੀਂ, ਕੋਈ ਧਰਮ ਨਹੀਂ, ਕੋਈ ਸਿਮਰਨ ਨਹੀਂ, ਤੇ ਕਹਿੰਦਾ ਮੈਂ ਬਨਾਰਸ ਵਿੱਚ ਮਰ ਕੇ ਮੁਕਤ ਹੋ ਜਾਵਾਂਗਾ, ਕਦੇ ਨਹੀਂ ਹੋ ਸਕਦਾ। ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਛਿਆ ਜਾਈ। ਯਾਦ ਰੱਖੋ ਕਬੀਰ ਜੀ ਕਹਿ ਰਹੇ ਹਨ ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ, ਸੇਵਾ ਤੋਂ ਬਿਨਾਂ ਕੋਈ ਵੀ ਮਨੁੱਖ ਨਰਕਾਂ ਵਿੱਚ ਜਾਣ ਤੋਂ ਬਚ ਨਹੀਂ ਸਕਦਾ, ਭਾਵੇਂ ਕਿਤਨੇ ਕਰਮ ਕਾਂਡ ਕਰ ਲਵੇ। ਇਸ ਲਈ ਰਾਮ ਰਾਮ ਕਰਤਾ ਸਭ ਜਗ ਫਿਰੇ, ਹਜ਼ੂਰ ਨੇ ਪਾਖੰਡ ਦੀ ਪੂਜਾ ਨੂੰ ਨਿੰਦਿਆ ਕਿ ਜੋ ਲੋਕ ਵਿਖਾਵਾ ਹੈ, ਅਸੀਂ ਪਾਖੰਡ ਕਈ ਤਰ੍ਹਾਂ ਦੇ ਬਣਾਉਂਦੇ ਹਾਂ, ਉਪਰੋਂ ਅਸੀਂ ਬਹੁਤ ਭਲੇ ਪੁਰਖ ਭਗਤ ਜਨ ਸਾਧੂ ਬਣ ਕੇ ਦੱਸਦੇ ਹਾਂ, ਪਰ ਅੰਦਰ ਐਸੇ ਗੁਣ ਨਹੀਂ ਹੁੰਦੇ। ਹਜ਼ੂਰ ਕਹਿੰਦੇ ਹਨ ਉਹ ਕਦੇ ਨਰਕਾਂ ਤੋਂ ਬਚ ਨਹੀਂ ਸਕਦੇ, ਕਦੇ ਮਾਨਸ ਜਨਮ ਵਿੱਚ ਆ ਕੇ ਲਾਹ ਨਹੀਂ ਖੜ ਸਕਦੇ, ਸਗੋਂ ਆਪਣੇ ਪਾਪਾਂ ਦੀਆਂ ਪੰਡਾਂ ਨੂੰ ਦੂਰਾ ਕਰ ਜਾਣਗੇ। ਇਸ ਲਈ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਰਾਮ ਕਰਤਾ ਸਭ ਜਗ ਫਿਰੇ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
राम करता सब जग फिरे। महाराज गुरु की बाणी विच बख्शिश कर रहे हैं कि राम कहन में भेद है, ता मैं एक विचार हजूर दा वचन है कि सोई राम सबे कहे, सोई राम सबे कहे, सोई कौतक हार। राम कहन विच बड़ा भेद है, निष्कामता दे नाल कीती हुई भगती, कीता होया सिमरन, पता नहीं कितने को गुणा वध फलदायक होंदा है। उच्चारण करो श्री वाहिगुरु। असी तां 15 मिनट जप जी साहब दा पाठ भी करना होवे ना, ते उदे पिछे भी लाइन लगी होंदी है मंगा दी, हे वाहिगुरु मेरा आ काम भी करी, मेरा ओ काम भी करी, ਇਹ ਕਾਰਜ ਵੀ ਮੇਰੇ ਸਵਾਰ ਦੇ। ਫਿਰ ਉਹਦੇ ਦਿੱਤੇ ਹੋਏ ਵਿੱਚੋਂ ਜੇ ਤਿਲ ਫੁੱਲ ਗੁਰੂ ਅੱਗੇ ਵੀ ਰੱਖਦੇ ਹਾਂ ਨਾ ਅਸੀਂ, ਉਹਦੇ ਪਿੱਛੇ ਵੀ ਕਿਤਨੀਆਂ ਮੰਗਾਂ ਸਾਡੀਆਂ ਹੁੰਦੀਆਂ ਹੈ ਕਿ ਦੇ ਮੰਗਾਂ ਸਹਿ ਸਹਿ ਗੁਣਾ, 1% ਦੇ ਕੇ ਹਜ਼ਾਰਾਂ ਗੁਣਾ ਗੁਰੂ ਕੋਲੋਂ ਮੰਗ ਕਰੀਦੀ ਹੈ, ਅਤੇ ਜਦੋਂ ਨਹੀਂ ਮਿਲਦੀ, ਕਿਉਂਕਿ ਗੁਰੂ ਨੇ ਵੀ ਵੇਖਣਾ ਕਿ ਇਹ ਬਖਸ਼ਿਸ਼ ਦਾ ਪਾਤਰ ਹੈ ਜਾਂ ਨਹੀਂ ਹੈ। ਮੰਗਾਂ ਦੀ ਲਾਈਨ ਲਾ ਲਈ, ਕਮਾਈ ਹੋਵੇ ਨਾ, ਸਿਮਰਨ ਹੋਵੇ ਨਾ, ਤੇ ਜੇ ਨਹੀਂ ਮਿਲਿਆ ਤਾਂ ਫਿਰ ਮਨੁੱਖ ਬੇਮੁਖ ਹੋ ਜਾਂਦਾ ਹੈ। ਉਚਾਰਨ ਕਰੋ ਸ਼੍ਰੀ ਵਾਹਿਗੁਰੂ। ਪਰ ਰਾਮ ਨਾਮ ਜਪਿਆ ਉਹਨਾਂ ਦਾ ਹੀ ਹੈ ਜੋ ਇੱਕ ਪਰਮੇਸ਼ਰ ਦਾ ਕੰਮ ਕਰਦੇ ਹਨ ਕਿ ਮੈਂ ਮਜ਼ਦੂਰੀ ਪਰਮੇਸ਼ਰ ਦੀ ਕਰ ਰਿਹਾ, ਮੈਂ ਉਸ ਦੀ ਨੌਕਰੀ ਕਰ ਰਿਹਾ। ਇੱਕ ਬ੍ਰਾਹਮਣ ਜੋ ਬੜਾ ਸੰਤੋਸ਼ੀ ਸੀ, ਬੜਾ ਨਿਸ਼ਕਾਮ ਸੇਵਾ ਕਰਨ ਵਾਲਾ ਸੀ, ਰੋਜ਼ ਮੰਦਿਰ ਵਿੱਚ ਜਾ ਕੇ ਰਾਮਾਇਣ ਦਾ ਪਾਠ ਕਰਨਾ, ਭਗਵਾਨ ਰਾਮ ਚੰਦਰ ਜੀ ਦਾ ਸੁੰਦਰ ਸਰੂਪ ਹੈ, ਨਾਲ ਲਕਸ਼ਮਣ ਜੀ ਦਾ, ਮਾਤਾ ਸੀਤਾ ਖੜੇ ਹਨ, ਤੇ ਉਹਨਾਂ ਦੇ ਹੀ ਚਰਨਾਂ ਵਿੱਚ ਫਿਰ ਹਨੂਮਾਨ ਜੀ ਦਾ ਸਰੂਪ ਬਣਿਆ ਹੋਇਆ ਸੀ, ਤੇ ਸਨਮੁਖ ਜਾ ਕੇ ਰਾਮਾਇਣ ਦੀ ਕਥਾ ਕਰਨੀ, ਪ੍ਰਤੱਖ ਸਮਝ ਕੇ ਰਾਮ ਜੀ ਨੂੰ ਰਾਮਾਇਣ ਦੀ ਕਥਾ ਸੁਣਾਉਣੀ ਜਾ ਕੇ। ਤੇ ਘਰ ਵਾਲੀ ਨੇ ਕਈ ਵਾਰਾਂ ਕਿਹਾ, ਮਹਾਰਾਜ ਕਿਸੇ ਜਜਮਾਨ ਨੂੰ ਜਾ ਕੇ ਸੁਣਾਓ, ਕੋਈ 4 ਪੈਸੇ ਤੁਹਾਨੂੰ ਦੇਵੇ ਵੀ ਸਹੀ, ਉੱਥੇ ਚਲੇ ਜਾਂਦੇ ਹੋ ਜਿੱਥੇ ਕੋਈ ਹੈ ਹੀ ਨਹੀਂ, ਬੈਠਾ ਹੀ ਨਹੀਂ ਕੋਈ, ਮੰਦਿਰ ਦੇ ਵਿੱਚ ਕੇਵਲ ਭਗਵਾਨ ਦੀਆਂ ਮੂਰਤੀਆਂ ਹੀ ਹਨ, ਇੱਥੇ ਤੁਹਾਡੀ ਕਥਾ ਕੌਣ ਸੁਣਦਾ ਹੈ ਤੇ ਕੌਣ ਉਹਦੀ ਪੂਜਾ ਦੇਵੇਗਾ। ਉਚਾਰਨ ਕਰੋ ਸ਼੍ਰੀ ਬ੍ਰਾਹਮਣ ਕਹਿਣ ਲੱਗਾ, ਇਹ ਉਹ ਪੰਡਿਤ ਸੀ ਜਿਸ ਨੂੰ ਮਹਾਰਾਜ ਕਹਿੰਦੇ ਨੇ, ਸੋ ਪੰਡਿਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੇ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ, ਤਿਸ ਪੰਡਿਤ ਕੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ,
ਨਾਮ ਪੰਡਿਤ ਹੋਵੇ ਬ੍ਰਾਹਮਣ ਹੋਵੇ ਤੇ ਮਨ ਵਿੱਚ ਲੋਭ ਹੈ ਤੇ ਪੰਡਿਤਿਆਈ ਲਈ ਕਲੰਕ ਦਾ ਰੂਪ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਬ੍ਰਾਹਮਣ ਹਰ ਵੇਲੇ ਭਗਵਾਨ ਜੀ ਦਾ ਸਿਮਰਨ ਕਰਦਾ ਤੇ ਦੋਨੋਂ ਟਾਈਮ ਸਵੇਰ ਸ਼ਾਮ ਜਾ ਕੇ ਭਗਵਾਨ ਜੀ ਨੂੰ ਰਮਾਇਣ ਦੀ ਕਥਾ ਸੁਣਾਉਣੀ। ਇੱਕ ਬਾਣੀਆ ਬਿਜ਼ਨਸਮੈਨ ਵੀ ਕਦੇ ਕਦੇ ਆ ਕੇ ਕਥਾ ਸੁਣਦਾ ਆਉਂਦਾ ਸੀ ਤੇ ਭੋਗ ਪੈਣ ਤੋਂ ਪਹਿਲਾਂ ਹੀ ਚਲੇ ਜਾਣਾ, ਬਈ ਕੁਝ ਦੇਣਾ ਨਾ ਪੈ ਜਾਵੇ। ਇਹ ਬ੍ਰਾਹਮਣ 2 ਸਾਲ ਕਥਾ ਸੁਣਾਉਂਦਾ ਰਿਹਾ ਭਗਵਾਨ ਜੀ ਨੂੰ। ਜਦੋਂ ਸਮਾਪਤੀ ਦਾ ਸਮਾਂ ਨੇੜੇ ਆਇਆ, ਬਈ ਇੱਕ ਦਿਨ ਰਹਿ ਗਿਆ, ਹੁਣ ਅੱਜ ਦੀ ਕਥਾ ਹੋ ਚੁੱਕੀ ਹੈ ਤੇ ਕੱਲ ਨੂੰ ਭੋਗ ਪੈਣਾ ਹੈ। ਇਹ ਬ੍ਰਾਹਮਣ ਤਾਂ ਭਗਵਾਨ ਜੀ ਦੀ ਨੌਕਰੀ ਦੇ ਕੇ ਚਲਾ ਗਿਆ, ਉਹ ਜਿਹੜਾ ਰੋਜ਼ ਬਿਜ਼ਨਸਮੈਨ ਆਉਂਦਾ ਸੀ ਨਾ ਸੁਣਨ, ਉਹ ਬੈਠਾ ਰਿਹਾ, ਬਈ ਭੋਗ ਦੇ ਦਿਨ ਹਨ, ਇਸ ਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਹੈ ਨਾ ਪਰਮੇਸ਼ਰ ਨੇ। ਤਾਂ ਆਵਾਜ਼ ਆਈ, ਭਗਵਾਨ ਰਾਮ ਜੀ ਪ੍ਰਗਟ ਹੋਏ, ਹਨੂਮਾਨ ਨੂੰ ਕਹਿਣ ਲੱਗੇ, ਭਾਈ ਇਸਨੇ ਨਿਸ਼ਕਾਮ ਸੇਵਾ ਕੀਤੀ ਹੈ ਬ੍ਰਾਹਮਣ ਨੇ, ਤੇ ਕੁਝ ਨਾ ਕੁਝ ਤਾਂ ਇਹਨੂੰ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਮੁਲਖ ਮਜ਼ੂਰੀ ਦੇਤ ਹੈ। ਜੇ ਦੁਨੀਆਦਾਰਾਂ ਦੀ ਮਜ਼ੂਰੀ ਕਰੀਏ, ਕੰਮ ਕਰੀਏ, ਉਹ ਹੱਕ ਨਹੀਂ ਰੱਖਦੇ, ਤੇ ਮੈਂ ਕਿਉਂ ਇਸ ਦਾ ਹੱਕ ਰੱਖਾਂ, ਕੁਝ ਨਾ ਕੁਝ ਤਾਂ ਦੇਣਾ ਚਾਹੀਦਾ। ਤਾਂ ਹਨੂਮਾਨ ਜੀ ਕਹਿਣ ਲੱਗੇ, ਮਹਾਰਾਜ ਫਿਰ ਜੋ ਹੁਕਮ ਕਰੋ ਇਸਨੂੰ ਦਿਵਾ ਦੇਈਏ। ਤਾਂ ਹੁਕਮ ਕਰੋ ਤਾਂ 2000 ਰੁਪਈਆ ਇਸਨੂੰ ਦਿਵਾ ਦੇਈਏ, ਕਿਉਂਕਿ ਇਸਦਾ ਕੋਈ ਖਰਚ ਹੀ ਨਹੀਂ, ਸੰਤੋਸ਼ੀ ਬੰਦਾ ਹੈ ਤੇ ਇਹਦਾ ਨਿਰਵਾਹ ਵਧੀਆ ਚੱਲਦਾ ਰਹੇਗਾ। ਭਗਵਾਨ ਨੇ ਆਖਿਆ, ਠੀਕ ਹੈ ਇਸਨੂੰ 2000 ਰੁਪਏ ਦਿਵਾ ਦੇ। ਤੇ ਉਹ ਬਿਜ਼ਨਸਮੈਨ ਬਾਹਰ ਸੁਣ ਰਿਹਾ ਸੀ ਤੇ ਮਨ ਵਿੱਚ ਸੋਚਿਆ, ਬਈ ਭਗਵਾਨ ਤਾਂ ਕਦੇ ਝੂਠ ਨਹੀਂ ਬੋਲਦੇ, ਇਸਨੂੰ 2000 ਦੀ ਥੈਲੀ ਤਾਂ ਮਿਲਣੀ ਮਿਲਣੀ ਹੈ, ਮੈਂ ਕਿਉਂ ਨਾ ਪਹਿਲੇ ਜਾ ਕੇ ਇਹਦੇ ਘਰੇ ਜਾ ਕੇ ਸੌਦਾ ਹੀ ਕਰ ਲਵਾਂ। ਕਈ ਮਨੁੱਖ ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਤੀਰਥ ਯਾਤਰਾ ਤੇ ਵੀ ਬਿਜ਼ਨਸ ਹੀ ਕਰਨ ਜਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਈ ਕੁਝ 4 ਪੈਸੇ ਖੱਟ ਕੇ ਆਵਾਂਗੇ, ਕੁਝ ਮਾਲ ਲੈ ਜਾਈਏ ਤੇ ਵੇਚ ਆਵਾਂਗੇ ਉੱਥੇ। ਆਖਿਆ, ਭਗਵਾਨ ਤਾਂ ਕਦੇ ਝੂਠ ਨਹੀਂ ਬੋਲ ਸਕਦੇ, ਇਹਨੂੰ 2000 ਮਿਲਣਾ ਹੀ ਮਿਲਣਾ, ਮੈਂ ਕਿਉਂ ਨਾ ਪੰਡਿਤ ਨਾਲ ਜਾ ਕੇ ਸੌਦਾ ਕਰ ਲਵਾਂ। ਤੇ ਬ੍ਰਾਹਮਣ ਦੇ ਘਰ ਜਾ ਕੇ 1000 ਰੁਪਈਏ ਦੀ ਢੇਰੀ ਕਰ ਦਿੱਤੀ। ਮਹਾਰਾਜ ਪੰਡਿਤ ਜੀ, ਕੱਲ ਜੋ ਆਮਦਨ ਹੋਵੇਗੀ ਭੋਗ ਤੇ ਉਹ ਮੇਰੀ, ਤੇ ਆ ਤੁਸੀਂ ਸਾਂਭ ਲਓ, ਆ 1000 ਰੁਪਈਆ ਹੈ, ਘਾਟਾ ਹੋਵੇ ਵਾਧਾ ਹੋਵੇ ਮੈਂ ਜ਼ਿੰਮੇਵਾਰ ਹਾਂ, ਤੁਹਾਨੂੰ ਕੋਈ ਚਿੰਤਾ ਨਹੀਂ। ਤੇ ਬ੍ਰਾਹਮਣ ਸੰਤੋਸ਼ੀ ਸੀ, ਸੰਤੋਖ ਵਾਲਾ ਸੀ, ਕਹਿਣ ਲੱਗਾ, ਇਹ ਵੀ ਭਗਵਾਨ ਨੇ, ਨਿਰੰਕਾਰ ਨੇ ਭੇਜਿਆ, ਜੋ ਕੁਝ ਭੇਜਿਆ ਉਹਦੀ ਕਿਰਪਾ ਹੈ। ਆਖਿਆ, ਬਈ ਠੀਕ ਹੈ, ਜੋ ਕੁਝ ਕੱਲ ਹੋਵੇਗਾ ਤੂੰ ਲੈ ਜਾਈ। ਉਹ ਸੰਤੋਸ਼ੀ ਬ੍ਰਾਹਮਣ ਜਦੋਂ ਆਇਆ, ਰਮਾਇਣ ਦੀ ਕਥਾ ਦਾ ਭੋਗ ਪਾ ਦਿੱਤਾ, ਅਰਦਾਸ ਕੀਤੀ, ਭੁੱਲ ਚੁੱਕ ਦੀ ਮਾਫੀ ਮੰਗੀ ਤੇ ਮੱਥਾ ਟੇਕ ਕੇ ਆਪਣੇ ਘਰ ਚਲਾ ਗਿਆ। ਹੁਣ ਇਹ ਬਿਜ਼ਨਸਮੈਨ ਮਨੁੱਖ ਮੰਦਿਰ ਦੇ ਆਲੇ ਦੁਆਲੇ ਚੁੰਡਾਂ ਗੁੱਥਾਂ ਵਿੱਚੋਂ ਲੱਭ ਰਿਹਾ, ਬਈ ਕਿੱਥੇ ਪਈ ਹੈ 2000 ਦੀ ਥੈਲੀ। ਤੇ ਜਦੋਂ 2-4 ਚੱਕਰ ਕੱਟੇ ਨਾ,
ਤੇ ਕੁਝ ਨਜ਼ਰ ਨਾ ਆਇਆ ਤਾਂ ਗੁੱਸੇ ਵਿੱਚ ਆ ਕੇ ਹਨੂਮਾਨ ਜੀ ਦੀ ਮੂਰਤੀ ਨੂੰ ਲੱਤ ਮਾਰੀ। ਬਈ ਇਸੇ ਨੇ ਕਿਹਾ ਸੀ ਮੈਂ ਦਿਵਾ ਦੇਵਾਂਗਾ, ਤੇ ਜਿਉਂ ਲੱਤ ਮਾਰੀ ਤਾਂ ਹਨੂਮਾਨ ਜੀ ਨੇ ਇਸ ਦੀ ਲੱਤ ਪਕੜ ਲਈ। ਤੇ ਜਦੋਂ ਕੋਈ ਪੱਥਰ ਦੀ ਮੂਰਤੀ ਲੱਤ ਪਕੜ ਲਵੇ ਕਿਤਨੀ ਘਬਰਾਹਟ ਹੋਵੇਗੀ, ਇਹ ਛੁਡਾਉਣਾ ਚਾਹੁੰਦਾ, ਲੱਤ ਛੁੱਟਦੀ ਨਹੀਂ। ਕਾਬਰ ਗਿਆ ਭਗਵਾਨ, ਪ੍ਰਗਟ ਹੋ ਕੇ ਹਨੂੰਮਾਨ ਨੂੰ ਪੁੱਛਣ ਲੱਗੇ, ਬਈ ਪੰਡਿਤ ਜੀ ਨੂੰ 2000 ਰੁਪਇਆ ਦਿਵਾ ਦਿੱਤਾ ਹੈ? ਤਾਂ ਹਨੂੰਮਾਨ ਜੀ ਕਹਿਣ ਲੱਗੇ, ਮਹਾਰਾਜ 1000 ਰੁਪਇਆ ਸ਼ਾਮ ਨੂੰ ਐਡਵਾਂਸ ਭਿਜਵਾ ਦਿੱਤਾ ਸੀ, ਤੇ ਹੁਣ 1000 ਹੋਰ ਦੇਵੇਗਾ ਤੇ ਤਾਂ ਇਸ ਦੀ ਲੱਤ ਛੱਡਾਂਗਾ। ਉਚਾਰਨ ਕਰੋ ਸ੍ਰੀ ਬੇਹੋਸ਼ੀ ਵਿੱਚ ਆ ਕੇ ਕਹੀ ਜਾਂਦਾ, ਕੋਈ ਮੇਰੇ ਘਰ ਵਾਲਿਆਂ ਨੂੰ ਦੱਸੋ ਜਾ ਕੇ। ਘਰ ਵਾਲੇ ਵੀ ਆ ਗਏ, ਬਈ ਅੱਗੇ ਰੋਜ਼ ਆ ਜਾਂਦੇ ਸਨ, ਬਾਊ ਜੀ ਅੱਜ ਨਹੀਂ ਆਏ, ਕੀ ਗੱਲ ਹੋ ਗਈ? ਜਾਂ ਆਏ ਤਾਂ ਕਹਿਣ ਲੱਗਾ, 1000 ਰੁਪਈਆ ਪੰਡਿਤ ਜੀ ਦੇ ਘਰ ਪਹੁੰਚਾਓ, ਮੇਰਾ ਤਾਂ ਛੁਟਕਾਰਾ ਹੋਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੇਰਾ ਕਹਿਣ ਤੋਂ ਭਾਵ ਕਿ ਜੇ ਅਸੀਂ ਆਪਣੇ ਮਾਲਕ ਦੀ, ਆਪਣੇ ਭਗਵਾਨ ਦੀ ਪ੍ਰਤੱਖ ਸਮਝ ਕੇ ਨੌਕਰੀ ਕਰੀਏ ਤਾਂ ਭਗਵਾਨ ਸਾਡਾ ਕਦੇ ਹੱਕ ਨਹੀਂ ਰੱਖਦੇ। ਕੋਈ ਵੀ ਮਨੁੱਖ ਨਿਸ਼ਕਾਮਤਾ ਦੇ ਨਾਲ ਸੇਵਾ ਕਰੇ, ਸਿਮਰਨ ਕਰੇ, ਮਨ ਕਰਕੇ ਰਾਮ ਨਾਮ ਜਪੇ ਤਾਂ ਲੋਕ ਦੇ ਸੁੱਖ ਵੀ ਮਿਲਦੇ ਹਨ, ਪਰਲੋਕ ਦੇ ਸੁੱਖ ਵੀ ਮਿਲਦੇ ਹਨ। ਇਸ ਲਈ ਹਜ਼ੂਰ ਨੇ ਪਖੰਡ ਦੀ ਭਗਤੀ ਨੂੰ ਨਿੰਦਿਆ, ਆਖਿਆ ਰਾਮ ਰਾਮ ਕਰਤਾ ਸਭ ਜਗ ਫਿਰੇ, ਗੁਰੂ ਅਮਰਦਾਸ ਪਾਤਸ਼ਾਹ ਤੀਜੇ ਗੁਰੂ ਨਾਨਕ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ, ਭਾਈ ਰਾਮ ਨਾ ਪਾਇਆ ਜਾਏ ਜਿਤਨੇ ਤੱਕ ਮਨ ਕਰਕੇ ਨਹੀਂ ਜਪੇਗਾ, ਉਹ ਪਰਮੇਸ਼ਰ ਦੀ ਪ੍ਰਾਪਤੀ ਤੈਨੂੰ ਕਿਵੇਂ ਹੋਵੇਗੀ? ਇਸ ਲਈ ਰਾਮ ਰਾਮ ਕਰਤਾ ਸਭ ਜਗ ਫਿਰੇ, ਪਾਇਆ ਜਾਏ।
ਦੀ ਸੁਰਤ ਮਲੂਕੀ ਵੇਸ਼। ਰਾਮ ਨਾਮ ਜਪਣ ਵਾਲੇ ਬਹੁਤ ਹਨ ਸੰਸਾਰ ਤੇ, ਪਰ ਭੇਖ ਸਾਧੂਆਂ ਦਾ ਔਰ ਅੰਦਰ ਠੱਗੀ ਹੈ। ਜਪਾਂ ਤਪਾਂ ਦਾ ਅਹੰਕਾਰ ਹੈ, ਦੁਨੀਆਂ ਦੇ ਸੁੱਖਾਂ ਲਈ ਪਦਾਰਥਾਂ ਲਈ ਵੇਖ ਰਹੇ ਹਨ ਬਈ ਕੌਣ ਕੋਈ ਆਵੇ ਤੇ ਆਪਣੀ ਪੂਰਤੀ ਕਰੀਏ, ਦੁਨੀਆਂ ਦੇ ਸੁੱਖ ਮਾਣੀਏ। ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਭਾਈ, ਉਹ ਤਾਂ ਹਰ ਵੇਲੇ ਬੰਦੇ ਛੇ ਜੇ ਪਵੇ ਵਿੱਚ ਬੰਦੀ। ਜਿਹੜੇ ਅਸਲੀ ਮਹਾਂਪੁਰਖ ਹਨ, ਸੰਤ ਹਨ, ਉਹ ਆਪਣੇ ਆਪ ਨੂੰ ਉਸਦੇ ਹੁਕਮ ਵਿੱਚ ਰਸਤੇ ਹਨ, ਉਹ ਆਪਣੇ ਆਪ ਨੂੰ ਪਰਮੇਸ਼ਰ ਦੀ ਲਕੀਰ ਦੇ ਅੰਦਰ ਰੱਖਦੇ ਹਨ। ਔਰ ਉਹਨਾਂ ਦੀ ਭਗਤੀ ਦੇ ਪਿੱਛੇ ਕਿਸੇ ਦੀ ਮੰਗ ਨਹੀਂ ਹੁੰਦੀ। ਉਚਾਰਨ ਕਰੋ ਸ੍ਰੀ ਬਾਬਾ ਜੀ ਦੇ ਪਾਸ ਇੱਕ ਪ੍ਰੇਮੀ ਰੋਜ਼ ਦੁੱਧ ਲਿਆਉਂਦਾ ਹੁੰਦਾ ਸੀ। ਇੱਕ ਵਾਰੀ ਬੜਾ ਮਯੂਸ ਬੈਠਾ ਹੋਇਆ, ਘੱਟ ਘੱਟ ਦੀ ਜਾਣਨ ਵਾਲੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਕਹਿਣ ਲੱਗੇ, ਕਿਉਂ ਭਾਈ ਅੱਜ ਬੜਾ ਉਦਾਸ ਦਿਖਾਈ ਦੇ ਰਿਹਾ। ਕਹਿਣ ਲੱਗਾ ਜੀ, ਇੱਕ ਬੰਦੇ ਨੂੰ ਪੈਸੇ ਦਿੱਤੇ ਸਨ, ਜੋ ਕੁਝ ਮੂੜੀ ਸੀ ਸਭ ਉਸਨੂੰ ਦੇ ਦਿੱਤੀ, ਇਤਬਾਰ ਕਰ ਲਿਆ ਤੇ ਹੁਣ ਮੁਕਰ ਗਿਆ। ਕਹਿੰਦਾ ਜਾ, ਜੋ ਕਰਨਾ ਹੀ ਕਰ ਲੈ, ਜਿੱਥੇ ਜਾਣਾ ਹੀ ਜਾ ਲੈ। ਤੇ ਬਾਬਾ ਜੀ, ਅਸੀਂ ਤਾਂ ਤੁਹਾਡੇ ਕੋਲ ਹੀ ਆ ਕੇ ਬੇਨਤੀ ਕਰਨੀ ਹੈ ਨਾ, ਸਾਡੇ ਤਾਂ ਤੁਸੀਂ ਹੋ ਸਭ ਕੁਛ। ਮਹਾਂਪੁਰਖ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰ, ਗੁਰੂ ਕੀ ਬਾਣੀ ਸਭ ਕੁਛ ਦਿੰਦੀ ਹੈ, ਤੂੰ ਗੁਰੂ ਘਰ ਦੀ ਸੇਵਾ ਕਰ ਰਿਹਾ, ਆ ਕੇ ਸਿਮਰਨ ਕਰਦੇ, ਨਿਤਨੇਮ ਕਰਦੇ ਹੋ ਤੁਸੀਂ, ਫਿਰ ਕਿਉਂ ਘਰ ਵਿੱਚ ਪੌਜਲ ਆਵੇ, ਫਿਰ ਕਿਉਂ ਦੁੱਖ ਆਵੇ ਘਰ ਵਿੱਚ। ਬਾਬਾ ਜੀ ਨੇ ਉਸਨੂੰ ਕਿਹਾ, ਬਈ ਸਹਿਜ ਪਾਠ ਰਖਾ ਦੇ ਘਰ 15 ਦਿਨਾਂ ਵਾਲਾ, ਤੇ ਰੋਜ਼ ਪਾਠ ਸੁਣ, ਤੇ ਨਾਲੇ ਪਾਠੀ ਸਿੰਘ ਦੀ ਹੱਥੀਂ ਸੇਵਾ ਕਰ, ਜਦੋਂ ਬੈਠਣ ਲੱਗੇ ਤਾਂ ਜਲ ਪਾਣੀ ਛਕਾਓ, ਜਦੋਂ ਪਾਠ ਕਰਕੇ ਉੱਠੇ ਤਾਂ ਉਸਦੀ ਸੇਵਾ ਕਰੋ, ਔਰ ਪਾਠੀ ਸਿੰਘ ਨੂੰ ਕਹੋ ਕਿ ਮਰਿਆਦਾ ਨਾਲ ਪਾਠ ਕਰੇ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। 15 ਦਿਨ ਬੀਤ ਗਏ ਪਾਠ ਹੁੰਦਿਆਂ ਨੂੰ, ਤੇ ਸੇਵਕ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਅਜੇ ਵੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਬੂਲ ਨਹੀਂ ਹੋਈ, ਅਜੇ ਵੀ ਉਹ ਕੋਈ ਪੈਸਾ ਮੈਨੂੰ ਦੇਣ ਨੂੰ ਤਿਆਰ ਨਹੀਂ। ਮੈਂ ਕਈ ਵਾਰਾਂ ਉਹਦੇ ਘਰ ਵੀ ਜਾ ਕੇ ਮਿੰਨਤ ਤਰਲਾ ਕੀਤਾ, ਬੜਾ ਯਤਨ ਕੀਤਾ। ਤਾਂ ਬਾਬਾ ਜੀ ਕਹਿਣ ਲੱਗੇ, ਭਈ ਜ਼ਰੂਰ ਇਹ ਮਨਸਾ ਪੂਰੀ ਹੋਣੀ ਸੀ, ਜਿਸ ਪਾਠੀ ਨੇ ਪਾਠ ਕੀਤਾ ਨਾ ਉਸਨੂੰ ਬੁਲਾ ਕੇ ਲਿਆ। ਪਾਠੀ ਸਿੰਘ ਨੂੰ ਬੁਲਾਇਆ ਗਿਆ ਤੇ ਮਹਾਂਪੁਰਖਾਂ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਉਸਨੂੰ ਬਿਠਾ ਲਿਆ,
ਤੇ ਕਹਿਣ ਲੱਗੇ ਕਿਉਂ ਗੁਰਮੁਖਾ ਤੂੰ ਸਾਰਾ ਹੀ ਪਾਠ ਕੀਤਾ ਗੁਰੂ ਗ੍ਰੰਥ ਸਾਹਿਬ ਦਾ? ਮਹਾਰਾਜ ਸਾਰਾ ਹੀ ਕੀਤਾ। ਬਾਬਾ ਜੀ ਕਹਿਣ ਲੱਗੇ 900 ਅੰਗ ਤੋਂ ਲੈ ਕੇ 1100 ਤੱਕ ਤੂੰ 200 ਅੰਗ ਛੱਡ ਗਿਆ, ਔਰ ਉਸ ਤੋਂ ਬਾਅਦ ਤੂੰ ਅੱਗੇ ਜਾ ਕੇ ਵੀ ਕੁਝ ਪੱਤਰੇ ਪਲਟ ਲਏ, ਤੂੰ ਪਾਠ ਨਹੀਂ ਕੀਤਾ, ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਝੂਠ ਬੋਲ ਰਿਹਾ। ਜਿੱਥੇ ਗੁਨਾਹ ਬਖਸ਼ਾਉਣੇ ਹਨ ਉੱਥੇ ਝੂਠ ਬੋਲ ਰਿਹਾ। ਤਾਂ ਇਸਦਾ ਰੋਣ ਨਿਕਲ ਗਿਆ, ਚਰਨਾਂ ਤੇ ਡਹਿ ਪਿਆ, ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਹੈ, ਗਲਤੀ ਹੋ ਗਈ ਹੈ ਮੇਰੇ ਕੋਲੋਂ, ਮੈਨੂੰ ਖਿਮਾ ਕਰ ਦਿਓ, ਮਾਫ਼ ਕਰ ਦਿਓ, ਕਿਉਂਕਿ ਗੁਰੂ ਕਾ ਹੁਕਮ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਗਟ ਗੁਰਾਂ ਕੀ ਦੇਹ ਸਮਝ ਕੇ ਪਾਠ ਕਰ, ਨਿਤਨੇਮ ਕਰ, ਗੁਰੂ ਤੇਰੀਆਂ ਝੋਲੀਆਂ ਭਰੇਗਾ। ਤੇ ਜੇ ਅਸੀਂ ਸਮਝੀਏ ਹੀ ਕੁਝ ਨਾ ਗੁਰੂ ਨੂੰ, ਤਾਂ ਫਿਰ ਬਾਈ ਕਰਾਉਣ ਵਾਲੇ ਦਾ ਵੀ ਕੀ ਭਲਾ ਹੋਵੇਗਾ ਤੇ ਤੇਰਾ ਵੀ ਕੀ ਭਲਾ ਹੋਏਗਾ। ਉਚਾਰਨ ਕਰੋ ਸ੍ਰੀ ਮਹਾਂਪੁਰਖਾਂ ਨੇ ਉਸ ਪ੍ਰੇਮੀ ਨੂੰ ਕੋਈ ਐਸਾ ਦੁਰਵਚਨ ਨਹੀਂ ਕਿਹਾ, ਪਾਠੀ ਸਿੰਘ ਨੂੰ ਕਿਹਾ ਇਸ਼ਨਾਨ ਕਰਕੇ ਔਰ ਸੁੱਚੇ ਬਸਤਰ ਧੋਤੇ ਹੋਏ ਬਸਤਰ ਪਾ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਜਾਣਾ, ਔਰ ਜਾਣ ਲੱਗਿਆਂ ਵੀ ਅਰਦਾਸ ਕਰਨੀ ਹੈ, ਜਦੋਂ ਪਾਠ ਕਰਕੇ ਉੱਠਣਾ ਫਿਰ ਵੀ ਅਰਦਾਸ ਕਰਨੀ ਹੈ, ਮਹਾਰਾਜ ਤੁਹਾਡੇ ਸੇਵਕ ਨੇ ਜਿਸ ਮਨਸਾ ਕਰਕੇ ਪਾਠ ਰਖਾਇਆ ਆਪਣੇ ਪਿਆਰਿਆਂ ਦੀ ਮਨਸਾ ਪੂਰੀ ਕਰੋ। ਤੇ ਜਦੋਂ 15 ਦਿਨ ਫਿਰ ਰਖਾਇਆ ਪਾਠ ਤੇ ਉਹ ਪ੍ਰੇਮੀ ਦੁੱਧ ਲੈ ਕੇ ਆਇਆ ਬਾਬਾ ਜੀ ਦੇ ਪਾਸ, ਮਹਾਰਾਜ ਪਾਠ ਤਾਂ ਹੋ ਗਿਆ ਪਰ ਅਜੇ ਵੀ ਕੰਮ ਬਣਿਆ ਨਹੀਂ। ਤਾਂ ਮਹਾਂਪੁਰਖ ਕਹਿਣ ਲੱਗੇ, ਗੁਰਮੁਖਾ ਜਾ, ਜਿਸ ਨੇ ਤੈਨੂੰ ਪੈਸੇ ਦੇਣੇ ਹਨ ਨਾ ਉਹ ਤੇਰੀ ਘਰ ਇੰਤਜ਼ਾਰ ਕਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੈ ਨਾ ਮਨ ਕਰਕੇ ਜਪਿਆ ਹੋਇਆ, ਮਨ ਕਰਕੇ ਜਪਿਆ ਹੋਇਆ, ਇਹ ਗੁਰੂ ਕੇ ਸਿੱਖ, ਇਹ ਗੁਰੂ ਕੇ ਲਾਲ ਤੇਰੇ ਨਾਲ ਜਾਏਗਾ, ਤੇਰੀ ਸਹਾਇਤਾ ਕਰੇਗਾ। ਜਾਂ ਉਹ ਪ੍ਰੇਮੀ ਘਰ ਪਹੁੰਚਿਆ ਤਾਂ ਅੱਗੇ ਬੈਠਾ ਹੋਇਆ ਉਹ ਪ੍ਰੇਮੀ ਪੈਸੇ ਲੈ ਕੇ, ਜਿਹੜਾ ਗੱਲ ਕਰਨ ਨੂੰ ਤਿਆਰ ਨਹੀਂ ਸੀ, ਉਹ ਪੈਰਾਂ ਤੇ ਡਹਿ ਪਿਆ, ਬਈ ਮੈਨੂੰ ਮਾਫ਼ ਕਰ ਦੇ, ਮੈਨੂੰ ਖਿਮਾ ਦੇ ਦੇ। ਤਾਂ ਉਹ ਪ੍ਰੇਮੀ ਜਿਹੜਾ ਰੋਜ਼ ਦੁੱਧ ਲਿਆਉਂਦਾ ਸੀ ਨਾ, ਕਹਿਣ ਲੱਗਾ ਮੈਂ ਕੀ ਮਾਫ਼ ਕਰਨਾ, ਆ ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਚੱਲ ਤੈਨੂੰ ਮਹਾਂਪੁਰਸ਼ਾਂ ਦੇ ਪਾਸ ਲੈ ਚੱਲਣਾ। ਬਾਬਾ ਜੀ ਦੇ ਕੋਲ ਲਿਆਇਆ, ਮੱਥਾ ਟੇਕਿਆ ਤੇ ਮਹਾਂਪੁਰਖ ਕਹਿਣ ਲੱਗੇ, ਗੁਰਮੁਖਾ ਤੂੰ ਇਹ ਕਿਸ ਲਈ ਪਾਪ ਕਰਨਾ? ਕੋਈ ਘਰ ਵਾਲੀ, ਕੋਈ ਬੱਚੇ ਜਾਂ ਕੋਈ ਹੋਰ ਸੰਬੰਧੀ ਤੈਨੂੰ ਛਡਾਉਣਗੇ ਅੰਤ ਵੇਲੇ, ਜਦੋਂ ਤੇਰੇ ਕੋਲੋਂ ਲੇਖਾ ਮੰਗਿਆ ਜਾਣਾ? ਸਾਰੀ ਜ਼ਿੰਦਗੀ ਕੀ ਕਰਦਾ ਰਿਹਾ? ਤਾਂ ਇੱਕ ਇੱਕ ਪਾਪ ਕੁਕਰਮ ਕੀਤਾ, ਠੱਗੀਆਂ ਮਾਰੀਆਂ ਹੋਈਆਂ ਉਸਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਾਰੀਆਂ ਹੀ ਦੱਸ ਦਿੱਤੀਆਂ ਉਸਨੇ, ਤੇ ਰੋਣ ਲੱਗ ਪਿਆ। ਤਾਂ ਮਹਾਂਪੁਰਸ਼ ਕਹਿਣ ਲੱਗੇ, ਭਈ ਅੱਜ ਤੋਂ ਬਾਅਦ ਫਿਰ ਗੁਰੂ ਅੱਗੇ ਮੱਥਾ ਟੇਕਦੇ, ਅੱਗੋਂ ਤੇ ਕੁਝ ਨਹੀਂ ਕਰੇਗਾ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੇਰੇ ਪਿਛਲੇ ਗੁਨਾਹ ਸਾਰੇ ਹੀ ਲੀਕ ਫੇਰ ਦਿੱਤੀ ਹੈ, ਬਖਸ਼ ਦਿੱਤੇ ਹਨ। ਉਚਾਰਨ ਕਰੋ ਸ੍ਰੀ ਸ਼੍ਰੀਮਾਨ। ਸਵਾਦ ਆਇਆ ਨਾ ਰਾਮ ਨਾਮ ਜਪਣ ਦਾ? ਜਪਣ ਵਾਲਿਆਂ ਦੇ ਦਰਸ਼ਨ ਕਰਕੇ ਵੀ ਆਤਮਾ ਸ਼ੁੱਧ ਹੋ ਜਾਂਦੀ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ, ਬਾਈ ਉੱਥੇ ਪਖੰਡ ਦੀ ਭਗਤੀ ਨਹੀਂ, ਉੱਥੇ ਤਾਂ ਮਨ ਦੀ ਭਗਤੀ ਪ੍ਰਵਾਨ ਹੈ। ਰਾਮ ਨ ਪਾਇਆ ਜਾਏ।
ਕਰੇ ਤਿਨਾ ਦੀਆਂ ਜੋ ਸੇਵੇਂ ਦਰ ਖੜੀਆਂ। ਕਈ ਵੇਰਾਂ ਅਸੀਂ ਪੂਰਨ ਮਹਾਂਪੁਰਖ ਜੋ ਰੱਬ ਦੇ ਨਾਲ ਮਿਲੇ ਹੋਏ ਉਹ ਸਤ ਪੁਰਸ਼ ਹਨ, ਅਸੀਂ ਰੀਸਾਂ ਉਹਨਾਂ ਦੀਆਂ ਕਰ ਬੈਠਦੇ ਹਾਂ ਤੇ ਸਾਡੀ ਕਮਾਈ ਕੋਈ ਹੁੰਦੀ ਨਹੀਂ, ਸਿਮਰਨ ਦੀ ਕਮਾਈ ਨਹੀਂ ਹੈ, ਕਦੇ ਮਨ ਕਰਕੇ ਜਪਿਆ ਨਹੀਂ। ਕਬੀਰ ਜੀ ਦਾ ਪ੍ਰਤਾਪ ਸੁਣ ਕੇ ਉਹਨਾਂ ਦੇ ਹੀ ਰਿਸ਼ਤੇਦਾਰੀ ਵਿੱਚੋਂ ਇੱਕ ਜੁਲਾਹਾ ਕਬੀਰ ਜੀ ਨੂੰ ਕਹਿਣ ਲੱਗਾ, ਮਹਾਰਾਜ ਬੜੀ ਜੈ ਜੈਕਾਰ ਹੋ ਰਹੀ ਹੈ ਤੁਹਾਡੀ, ਜਿੱਧਰ ਜਾਓ ਧੰਨ ਕਬੀਰ ਵਾਹ ਕਬੀਰ। ਭਾਈ ਕੋਈ ਜੁਗਤੀ ਸਾਨੂੰ ਵੀ ਦੱਸ ਦਿਓ ਤੁਹਾਡੀ ਜੈ ਜੈਕਾਰ ਕਿਵੇਂ ਹੋਈ ਹੈ। ਕਬੀਰ ਜੀ ਕਹਿਣ ਲੱਗੇ, ਬਹਿ ਜਾ। ਆਪਣੀ ਘਰ ਵਾਲੀ ਲੋਈ ਨੂੰ ਕਹਿੰਦੇ ਹਨ ਜਾ ਬਾਹਰੋਂ ਮਿੱਟੀ ਪੁੱਟ ਕੇ ਲਿਆ। ਕਹਿਣ ਲੱਗੀ ਜੀ ਸਤ ਬਚਨ। ਬਾਹਰ ਜਾ ਕੇ ਮਿੱਟੀ ਪੁੱਟ ਕੇ ਲਿਆਈ। ਕਹਿਣ ਲੱਗੇ ਹੁਣ ਜਾ ਕੇ ਘਿਓ ਲੈ ਕੇ ਆ ਇੱਕ ਟੀਨ। ਉਹ ਘਿਓ ਲੈ ਕੇ ਆਈ, ਕਹਿਣ ਲੱਗੇ ਮਿੱਟੀ ਦੇ ਵਿੱਚ ਗੁੰਨ ਦੇ ਇਸ ਨੂੰ, ਘਿਓ ਨੂੰ ਗੁੰਨ ਦਿੱਤਾ, ਸਤ ਬਚਨ ਕੀਤਾ। ਹੁਣ ਇਸ 'ਤੇ ਦੀਵੇ ਬਣਾ, ਦੀਵੇ ਬਣਾਏ। ਕਹਿਣ ਲੱਗੇ ਜਿੱਥੋਂ ਮਿੱਟੀ ਪੁੱਟੀ ਸੀ ਨਾ ਉੱਥੇ ਹੀ ਜਾ ਕੇ ਦੀਵੇ ਛੱਡ ਕੇ ਆ। ਸਤ ਬਚਨ ਮਹਾਰਾਜ, ਜਿਨ੍ਹਾਂ ਘਰਾਂ ਦੇ ਵਿੱਚ ਸਤ ਬਚਨ ਹੈ ਨਾ ਉੱਥੇ ਸਿਮਰਨ ਵੀ ਹੋਵੇਗਾ ਔਰ ਗੁਰੂ ਦੀ ਕਿਰਪਾ ਵੀ ਨਿਵਾਸ ਕਰਦੀ ਹੋਵੇਗੀ। ਯਾਦ ਰੱਖਣਾ, ਜਿਨ੍ਹਾਂ ਘਰਾਂ ਵਿੱਚ ਮਨ ਕਰਕੇ ਸਿਮਰਨ ਹੁੰਦਾ ਉੱਥੇ ਸਤ ਬਚਨ ਹੈ, ਉੱਥੇ ਤੂੰ ਤੂੰ ਮੈਂ ਨਹੀਂ ਹੈ, ਉੱਥੇ ਕਿੰਤੂ ਪਰੰਤੂ ਨਹੀਂ ਹੋਵੇਗਾ। ਯਾਦ ਰੱਖਣਾ, ਐਵੇਂ ਨਹੀਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਤਿੰਨ ਪੱਬਿਆਂ ਦੀ ਪੜ੍ਹਾਈ ਗੁਰੂ ਘਰ ਦੀ ਦੱਸੀ ਸੀ। ਪੱਬਾ ਭੁੱਲ ਗਈ, ਪੱਬਾ ਭਲਾ ਜੀ ਔਰ ਪੱਬਾ ਪਾਣਾ। ਜੇ ਮਾਇਆ ਬਹੁਤ ਆ ਗਈ ਹੈ ਤਾਂ ਆਫਰ ਨਹੀਂ ਜਾਣਾ, ਬਈ ਮੇਰੇ ਵਰਗਾ ਕੌਣ ਹੈ। ਤੇ ਜੇ ਕੋਈ ਭੁੱਲ ਹੋ ਗਈ ਹੈ ਤਾਂ ਸਤ ਬਚਨ ਕਰਨਾ ਹੈ, ਜੋ ਹੁਕਮ ਹੋਇਆ ਉਹ ਕੰਮ ਕਰਨਾ। ਤੇ ਜੇ ਮਾਇਆ ਬਹੁਤੀ ਆ ਜਾਏ ਤਾਂ ਫੁੱਲ ਜਾਂਦਾ ਹੈ ਮਨੁੱਖ, ਤੇ ਜੇ ਘਰ ਵਿੱਚ ਦੁੱਖ ਬਣ ਜਾਏ ਤਾਂ ਰੱਬ ਨੂੰ ਤਾਨੇ ਦੇਣ ਲੱਗਦਾ, ਬਈ ਮੈਂ ਤਾਂ ਬੜੇ ਚੰਗੇ ਕੰਮ ਕੀਤੇ ਸਨ ਪਰ ਬਣਿਆ ਕੱਖ ਨਹੀਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਐਸੇ ਬਹੁਤ ਸਾਰੇ ਮਨੁੱਖ ਹਨ, ਪਾਠ ਕਰਾ ਕੇ ਦਾਨ ਕਰਾ ਕੇ ਕੋਈ ਮੁਸ਼ਕਲ ਬਣ ਜਾਣੀ ਝੱਟ ਗੁਰੂ ਨੂੰ ਅੰਗਲ ਕਰਦਿਆਂ ਦੇਰ ਨਹੀਂ ਲਾਉਂਦੇ, ਭਾਈ ਕੰਮ ਤਾਂ ਚੰਗੇ ਕੀਤੇ ਸਨ ਪਰ ਸਾਡੇ ਨਾਲ ਬਹੁਤ ਮਾੜਾ ਹੋਇਆ। ਮਹਾਰਾਜ ਕਹਿੰਦੇ ਨੇ ਨਹੀਂ, ਇਹ ਗੁਰੂ ਘਰ ਦੀ ਪੜ੍ਹਾਈ ਨਹੀਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਾਣਾ ਮੰਨਣਾ, ਬਚਨ ਮੰਨਣਾ, ਤੇ ਜੇ ਗਲਤੀ ਹੋ ਜਾਵੇ ਤਾਂ ਫਿਰ ਤਕਰਾਰ ਨਹੀਂ, ਭੁੱਲ ਮੰਨ ਲੈਣੀ। ਮਹਾਂਪੁਰਖ ਕਿਹਾ ਕਰਦੇ ਸਨ ਇਹ ਤਿੰਨ ਪੱਬੇ ਸੇਵਕ ਆਪਣੇ ਗੁਰੂ ਅੱਗੇ ਪੜ੍ਹ ਲਵੇ, ਪੁੱਤਰ ਆਪਣੇ ਪਿਤਾ ਅੱਗੇ ਪੜ੍ਹ ਲਵੇ, ਇਸਤਰੀ ਆਪਣੇ ਪਤੀ ਅੱਗੇ ਪੜ੍ਹ ਲਵੇ, ਤੇ ਫਿਰ ਘਰ ਬੈਕੁੰਠ ਬਣ ਜਾਏਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਨੇ ਜਦੋਂ ਇਹ ਨਜ਼ਾਰਾ ਦਿਖਾਇਆ
ਕਿ ਪਹਿਲਾਂ ਮਿੱਟੀ ਮੰਗਵਾਈ ਫਿਰ ਘਿਓ ਵਿੱਚ ਗੁਣ ਦੇ ਗੁਣ ਦਿੱਤੀ ਗਈ, ਦੀਵੇ ਬਣ ਗਏ। ਜਾ ਭਾਈ ਜਿੱਥੋਂ ਮਿੱਟੀ ਪੁੱਟ ਕੇ ਲਿਆਈ ਸੈਂ ਉੱਥੇ ਹੀ ਰਾਖਾ ਜਾ ਕੇ ਦੀਵੇ ਰੱਖ ਦਿੱਤੇ। ਤਾਂ ਇਹ ਜੁਲਾਇਆ ਕਹਿਣ ਲੱਗਾ ਤਾਂ ਕੋਈ ਵੱਡੀ ਗੱਲ ਹੀ ਨਹੀਂ ਹੈ। ਫਿਰ ਆਪਣੇ ਘਰ ਆਇਆ ਤੇ ਘਰ ਵਾਲੀ ਨੂੰ ਕਹਿੰਦਾ ਜਾ ਜਾ ਬਾਹਰ ਜਾ ਕੇ ਮਿੱਟੀ ਪੁੱਟ ਕੇ ਆ, ਤੇ ਘਰ ਵਾਲੀ ਕਹਿਣ ਲੱਗੀ ਸਿਰ ਵਿੱਚ ਪਾਉਣੀ ਹੈ ਤੂੰ ਆਪਣੇ। ਕਹਿੰਦਾ ਜਾਣੀ ਹੈ ਕਿ ਨਹੀਂ ਜਾਂਦੀ? ਦਬਕਾ ਮਾਰਿਆ ਉਸਨੇ ਕਿਹਾ ਠੀਕ ਹੈ ਬਈ। ਕਿਤੇ ਹੱਥ ਨਾ ਉਲਾਰੇ ਜਾ ਕੇ ਮਿੱਟੀ ਪੁੱਟ ਲਿਆਈ ਤੇ ਕਹਿਣ ਲੱਗਾ ਹੁਣ ਇਹਨੂੰ ਘਿਓ ਵਿੱਚ ਗੁੰਨ ਦੇ, ਉਚਾਰਨ ਕਰੋ ਸ੍ਰੀ। ਉਹ ਤਾਂ ਰੋਣ ਪਿੱਟਣ ਲੱਗ ਗਈ ਬਈ ਇਹ ਪਾਗਲ ਹੋ ਗਿਆ, ਭਲਾ ਮਿੱਟੀ ਵੀ ਕਦੇ ਕਿਸੇ ਨੇ ਘਿਓ ਵਿੱਚ ਗੁੰਨੀ? ਲੋਕ ਇਕੱਠੇ ਹੋ ਗਏ, ਪਕੜ ਲਿਆ ਉਸਨੂੰ ਬਈ ਤੈਨੂੰ ਤਾਂ ਕੋਈ ਭੂਤ ਚਮੜ ਗਿਆ। ਮੌਲਵੀ ਸਾਹਿਬ ਆ ਗਏ ਭੂਤ ਕੱਢਣ ਲਈ, ਉਹਨਾਂ ਨੇ ਮਰਚਾਂ ਦੀ ਬੋਝੀ ਉਸਨੂੰ ਚਾੜੀ ਹੋਈ ਮੁੱਖ ਤੇ। ਉਹ ਕਵੇ ਮੈਨੂੰ ਕੁਝ ਨਹੀਂ ਹੋਇਆ, ਪਰ ਉਹ ਕਹਿਣ ਤੈਨੂੰ ਭੂਤ ਚਮੜ ਗਿਆ, ਔਰ ਮਿੱਟੀ ਵਿੱਚ ਵੀ ਕਿਸੇ ਨੇ ਘਿਓ ਕਦੇ ਰਲਾਇਆ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਲੰਘ ਪਏ, ਬੜੀ ਲੋਕ ਇਕੱਠੇ ਹੋਏ ਹੋਏ, ਉਹ ਵਿਚਾਰੇ ਨੂੰ ਮਰਚਾਂ ਦੀ ਬੋਝੀ ਚਾੜੀ ਹੋਈ ਤੇ ਮੌਲਵੀ ਸਾਹਿਬ ਖਲੋਤੇ ਹੋਏ ਭੂਤ ਕੱਢਣ ਲਈ। ਕਬੀਰ ਜੀ ਮੁਸਕਰਾ ਕੇ ਕਹਿਣ ਲੱਗੇ ਇਸ ਨੂੰ ਕੁਛ ਨਹੀਂ ਹੈ, ਲਾਹ ਦਿਓ ਇਤਨੀ ਬੋਝੀ। ਕਹਿਣ ਲੱਗੇ ਇਹ ਸਾਡੀਆਂ ਇਹ ਸਾਡੀ ਰੀਸ ਕਰਨ ਲੱਗਾ ਸੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿੱਥੇ ਭਗਤੀ ਹੋਵੇਗੀ, ਸਿਮਰਨ ਹੋਏਗਾ ਪਿਆਰੀ ਸਾਧ ਸੰਗਤ, ਉੱਥੇ ਨਿਮਰਤਾ ਹੋਵੇਗੀ। ਯਾਦ ਰੱਖਣਾ ਉੱਥੇ ਕਿੰਤੂ ਪਰੰਤੂ ਨਹੀਂ, ਤੂੰ ਤੂੰ ਮੈਂ ਨਹੀਂ ਹੋਵੇਗੀ। ਜਿਸ ਘਰ ਵਿੱਚ ਨਾਮ ਦਾ ਨਿਵਾਸ ਹੈ, ਤੋ ਆਓ ਅਸੀਂ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜਿਆ ਕਰੀਏ। ਆਪਣੇ ਬੱਚਿਆਂ ਨੂੰ ਵੀ ਬਿਠਾਇਆ ਕਰੀਏ, ਜਦੋਂ ਪਾਠ ਕਰਦੇ ਹਾਂ ਉਹਨਾਂ ਦੇ ਕੰਨਾਂ ਵਿੱਚ ਵੀ ਬਾਣੀ ਦਾ ਰਸ ਪਵੇ। ਅਸੀਂ ਵੀ ਜਾਗ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰੀਏ, ਆਪਣਾ ਨਿਤਨੇਮ ਕਰੀਏ। ਜੋ ਵੀ ਕੋਈ ਕਿਸੇ ਦਾ ਧਰਮ ਹੈ, ਸੁਭਾਗ ਹੈ, ਉਹ ਆਪਣੇ ਧਰਮ ਵਿੱਚ ਪਰਪੱਕ ਹੋਵੇ। ਜਿਹੜਾ ਆਪਣੇ ਆਪ ਨੂੰ ਸਿੰਘ ਸਦਾਉਂਦਾ, ਅੰਮ੍ਰਿਤ ਛਕੋ, ਗੁਰੂ ਕੀ ਮੋਹਰ ਲਗਵਾਓ, ਤੁਹਾਡਾ ਸੰਸਾਰ ਤੇ ਆਉਣਾ ਸਫਲ ਹੋ ਜਾਵੇਗਾ। ਮਹਾਰਾਜ ਦਾ ਬਚਨ ਹੈ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਤੋ ਆਓ ਗੁਰੂ ਵਾਲੇ ਬਣ ਕੇ ਨਿਤਨੇਮ ਕਰਾਂਗੇ, ਅੰਮ੍ਰਿਤ ਵੇਲੇ ਜਾਗਾਂਗੇ, ਗੁਰੂ ਕੀ ਸੰਗਤਾਂ ਦੀ ਸੇਵਾ ਕਰਾਂਗੇ, ਤਾਂ ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਏਗਾ। ਇਸ ਲਈ ਗੁਰੂ ਅਮਰਦਾਸ ਪਖੰਡ ਦੀ ਭਗਤੀ ਨੂੰ ਨਿੰਦਦੇ ਹੋਏ ਕੀ ਕਹਿ ਰਹੇ ਹਨ? ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ।
ਆਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ
ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿੱਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹੱਥ ਦੇ ਮੋਏ ਬਚਾਵੋ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰਦੇ ਕਰੀਐ ਸਭੈ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੇ ਰਹਿ ਪਿਆਸਾ ਤੁਮੇ ਛਾਡ ਕੋਈ ਔਰ ਨਾ ਕਿਆਉ ਜੋ ਪਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਭਰੀਐ ਅਰਧ ਕਾਲ ਕਾ ਤ੍ਰਾਸ ਨਵਰੀਐ ਹੋ ਜੋ ਸਦਾ ਹਮਾਰੇ ਪਛਾ ਸਿਰਸ ਤੁਝ ਜੋ ਕਰਿਓ ਰਚਾ ਰਾਖ ਲਿਓ ਮੋਇ ਰਾਖਣ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਦਾ ਹੋ ਪੁਰੀ ਤਤਰ ਦਸ ਪੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਿਵ ਜੋ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋ ਕੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਕੀਓ ਜਮਨ ਕਾਲ ਸਭ ਲੋਕ ਸਵਾਰਾ ਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦ ਅੰਤ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰ ਸੇਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਬਤ ਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰ ਅਸਤੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਭੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰ ਤੂੰ ਕਬ ਮੈਂ ਮਿਲ ਤੋ ਤੇ ਤਰ ਸਭ ਜੇ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੇ ਬੋਝ ਉਤਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਂ ਕਾ ਮੂੜ ਉਚਾਰ ਤੁਭੇਦਾ ਕੋ ਪੇਵ ਨ ਪਾਪ ਤੁਭੇਦਾ ਤਾਂ ਕੋ ਕਰ ਪਾਨ ਅਨਮਾਨ ਮਹਾ ਮੂੜ ਕਛ ਭੇਦ ਨ ਜਾਣ ਮਹਾਨ ਦੇਵ ਕੋ ਕਹਿ ਤੁ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨੈ ਪੇਵ ਆਪ ਆਪਣੀ ਬੁੱਧ ਹੈ ਜੇ ਜੀ ਭਿੰਨ ਭਿੰਨ ਤੋਇ ਤੇ ਤੁਮਰਾ ਲਖਾ ਨ ਜਾਏ ਪਸਾਰਾ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਯੋ ਰਾਵ ਕੈ ਕੋਪਾ ਅੰਡਜ ਜੇ ਰਜ ਸੇ ਤਜ ਕੀਨੀ ਕੁਛ ਖਾਨ ਬਹੁ ਰਚ ਦੇਨੀ
ਕਹੋ ਕੁਲ ਰਾਜਾ ਬੈਠਾ ਸਮਟ ਪਿਓ ਸੰਤਰੇ ਬੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗ ਆਦ ਸਰੂਪ ਸੇ ਅੰਭਵ ਅਵਰ ਅੱਛਾ ਮੇਰੀ ਤੁਮ ਕਰੋ ਵਾਰਿਆ ਸਿੱਖ ਸੰਗ ਕਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਝ ਤਵ ਸਰਣੀ ਪਰੈ ਕਹਿ ਦੁਸ਼ਟ ਦੁਖਤ ਹਵ ਮਰੈ ਉਰਖ ਜਵਨ ਪਗ ਪਰੇ ਤਿਹਾਰੇ ਕਹਿ ਤੁਮ ਸੰਕਟ ਸਭ ਜੋ ਕਲ ਕੋ ਇੱਕ ਵਾਰ ਰੱਛਾ ਹੋਏ ਤਾਏ ਸਭ ਕਾਲਾ ਅਰਿਸ਼ਟ ਕਰੇ ਤਤ ਕਾਲਾ ਕਿਰਪਾ ਦ੍ਰਿਸ਼ਟਨ ਜਾਏ ਨਿਹਰੋ ਆਕੇ ਤਾਪਤ ਨਗਮੋ ਹਰੋ ਉਰੇ ਤੋ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛੈ ਸਕੇ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਪਾਸ ਤੇ ਤਾਏ ਜਿਨ ਨਰ ਨਾਮ ਤੇ ਹਾਰੋ ਕਹਾ ਦੁਸ਼ਟ ਲੋਕ ਤੇ ਰਹਾ ਖੜਗ ਕੀਤ ਮੈਂ ਸਰਨ ਤਿਹਾਰੀ ਹੱਥ ਦੇ ਲਿਓ ਬਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਬਚਾਈ ਖੜਗ ਕੀਤ ਮੈਂ ਸਰਨ ਤਿਹਾਰੀ ਹੱਥ ਦੇ ਲਿਓ ਬਾਰੀ ਸਰਬ ਡੋਰ ਮੋ ਸਹਾਈ ਦੁਸ਼ਟ ਲੋਕ ਤੇ ਲਿਓ ਰਾਮ ਕਲੀ ਮਹੱਲਾ ਤੀਜਾ ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਸਭ ਸਵਾਰ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਵੇਂ ਸੁਭਾਵੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾ ਸੂਰੇ ਸੱਚੀ ਬਾਣੀ ਸੰਤ
ਪਵੇ ਸਤਿਗੁਰ ਰਿਆ ਭਰਪੂਰੇ ਬਿਨਵੰਦ ਨਾਨਕ ਗੁਰ ਚਰਨ ਲਾਗੇ ਵਾਜੇ ਅਣਹ ਧੁਰੇ ਸਲੋ ਪਾਉਣ ਗੁਰੂ ਪਾਣੀ ਪਿਤਾ ਚੰਗਿਆਈਆਂ ਬੁਰਿਆਂ ਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੇ ਜਿਨੀ ਨਾਮ ਧਿਆਇਆ ਜਿਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਸ਼ੁਕਰਾਨਾ ਕਰੇ ਸ਼ੁਕਰਾਨਾ ਸਿਰ ਤਰ ਮਨ ਕਰੇ ਸ਼ੁਕਰਾਨਾ 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 जय गुरु जी की। अब हम मंत्र जाप करेंगे।
ਸਾਹਾ। ਜੈ ਗੁਰੂ ਜੀ ਕੀ।